ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਅਤੇ ਮੈਂ ਹਾਂ ਰਵੀ ਸੰਗਰਾ ਹੋਰ ਦਾ ਅਨਮਿਊਟ ਦੇ ਪਲੇਟਫਾਰਮ ਦੇ ਜ਼ਰੀਏ ਅਸੀਂ ਸਵੇਰ ਤੋਂ ਅਸੀਂ ਕੀ ਸਾਰਾ ਮੀਡੀਆ ਹੀ ਆਪਣੇ ਆਪਣੇ ਪਲੇਟਫਾਰਮ ਤੋਂ ਲਗਾਤਾਰ ਤਸਵੀਰਾਂ ਦਿਖਾ ਰਿਹਾ ਹੈ ਕਿ ਕਿਸਾਨਾਂ ਦੇ ਵੱਲੋਂ ਬੈਰੀਗੇਡ ਤੋੜ ਦਿੱਤੇ ਗਏ ਨੇ, ਕਿਸਾਨਾਂ 'ਤੇ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ, ਕਿਸਾਨ ਜ਼ਖਮੀ ਹੋ ਰਹੇ ਨੇ, ਉੱਧਰਲੇ ਪਾਸੇ ਤਿਆਰੀਆਂ ਵੱਡੀਆਂ, ਇਹ ਲਗਾਤਾਰ ਸਾਡੀ ਰਿਪੋਰਟਿੰਗ ਦੇ ਵਿੱਚ ਤੁਸੀਂ ਸੁਣ ਰਹੇ ਹੋ। ਪਰ ਸਮਝਣ ਵਾਲੀ ਗੱਲ ਇਹ ਹੈ ਕਿ ਦੋਹਾਂ ਧਿਰਾਂ ਦੇ ਵਿੱਚ ਮਨਸ਼ਾ ਔਰ ਦੋਹਾਂ ਦੀ ਮਜਬੂਰੀ ਕੀ ਹੈ। ਗੱਲ ਸਿਰਫ ਇੰਨੀ ਕਿ ਹੈ ਕਿ ਦੋਹਾਂ ਦੀ ਮਨਸ਼ਾ ਸਮਝਣ ਦੀ ਲੋੜ ਹੈ ਔਰ ਦੋਹਾਂ ਦੀ ਮਜਬੂਰੀ ਨੂੰ ਸਮਝਣ ਦੀ ਲੋੜ ਹੈ ਕਿ ਦੋਹਾਂ ਦੀ ਜ਼ਰੂਰਤ ਕੀ ਹੈ। ਉਹ ਸਰਕਾਰ ਹੈ, ਉਹ ਵੱਡੇ ਨੇ, ਉਹਨਾਂ ਕੋਲੇ ਤੰਤਰ ਹੈ, ਉਹਨਾਂ ਕੋਲੇ ਬਲ ਹੈ, ਉਹ ਰੋਕ ਸਕਦੇ ਆ ਜੇ ਜਿਸ ਤਰੀਕੇ ਦੇ ਨਾਲ ਰੋਕਿਆ ਹੋਇਆ। ਪਰ ਗੱਲ ਇਹ ਹੈ ਕਿ ਮਜਬੂਰੀਆਂ ਕੀ ਨੇ ਦੋਨਾਂ ਧਿਰਾਂ ਦੀਆਂ। ਕਿਸਾਨਾਂ ਦੀ ਮਜਬੂਰੀ ਇਹ ਹੈ ਕਿ ਉਹ ਅੰਨਦਾਤਾ ਹੈ, ਉਹ ਮਿਹਨਤ ਕਸ਼ ਹੈ, ਔਰ ਜਿਹੜੀ ਉਹਦੀ ਜਿਨਸ ਦਾ ਭਾਅ ਹੈ ਉਹਦੀ ਮਿਹਨਤ ਦੇ ਬਰਾਬਰ ਨਹੀਂ ਮਿਲਦਾ। ਦੂਜੇ ਪਾਸੇ ਉੱਧਰਲੀ ਮਜਬੂਰੀ ਕੀ ਹੈ ਕਿ ਉਹਨਾਂ ਦੀਆਂ ਵੋਟਾਂ ਆ ਰਹੀਆਂ ਨੇ, ਇਲੈਕਸ਼ਨ ਆ ਰਹੇ ਆ, ਉਹ ਆਪਣੇ ਇਸ ਚਾਦਰ 'ਤੇ ਦਾਗ ਨਹੀਂ ਲੱਗਣ ਦੇਣਾ ਚਾਹੁੰਦੇ। ਉਹਦੇ ਲਈ ਚਾਹੇ ਕਿਸਾਨ 'ਤੇ ਗੋਲੇ ਭਰਾਉਣੇ ਪੈਂਦੇ ਹੋਣ, ਚਾਹੇ ਕਿਸਾਨ ਨੂੰ ਜ਼ਖਮੀ ਕਰਨਾ ਪੈਂਦਾ ਹੋਵੇ। ਪਿਛਲੇ ਦਿਨਾਂ ਦੇ ਵਿੱਚ ਸੀਨੀਅਰ ਪੱਤਰਕਾਰ SP ਸਿੰਘ ਹੋਰਾਂ ਨੇ ਵੀ ਇੱਕ ਸੋਹਣਾ ਜ਼ਿਕਰ ਕੀਤਾ, ਇੱਕ ਲਿਖਤ ਲਿਖੀ ਜਿਸ ਦੇ ਵਿੱਚ ਉਹਨਾਂ ਨੇ ਹੁਣ ਦੀ ਪੱਤਰਕਾਰਤਾ ਬਾਰੇ ਵੀ ਗੱਲ ਕੀਤੀ ਹੈ ਔਰ ਨਾਲ ਨਾਲ ਕਿਸਾਨ ਦੀ ਸਰਕਾਰ ਦੀ ਗੱਲ ਕੀਤੀ ਹੈ, ਜਿਸ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਜਿਵੇਂ ਮੈਂ ਸ਼ੁਰੂ 'ਚ ਕਿਹਾ ਕਿ ਮਨਸ਼ਾ ਸਮਝਣ ਦੀ ਜ਼ਰੂਰਤ ਹੈ ਕਿ ਦੋਵੇਂ ਪਾਸੇ ਮਜਬੂਰੀਆਂ ਅਤੇ ਮਨਸ਼ਾ ਕੀ ਨੇ। ਇਹੋ ਜਿਹੇ ਬੈਰੀਗੇਟ ਖੜ੍ਹੇ ਕਰਕੇ, ਡਰੋਨ ਨਾਲ ਅਥਰੂ ਗੈਸ ਦੇ ਗੋਲੇ ਸੁੱਟ ਕੇ, ਸੜਕਾਂ ਵਿੱਚ ਕਿੱਲ ਬੀਜ ਕੇ, ਖੰਦਕਾਂ ਖੋਦ ਕੇ ਹਕੂਮਤ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਮੁਸਤੈਦ ਹੈ, ਉਹਦੀ ਰਣਨੀਤੀ ਕਾਰਗਰ ਹੈ, ਉਹਨੇ ਬੜੀ ਦੂਰ ਦੀ ਸੋਚੀ ਹੋਈ ਹੈ। ਡਬਲ ਇੰਜਨ ਦੀ ਸਰਕਾਰ ਨੇ ਕਿਸਾਨਾਂ ਦਾ ਰਾਹ ਰੋਕ ਲਿਆ, ਕਿਤੇ ਕੋਈ ਬੈਰੀਗੇਟ ਤੋੜ ਕਿਸਾਨਾਂ ਨੂੰ ਕੁਝ ਹੌਸਲਾ ਮਿਲਦਾ। ਪੱਤਰਕਾਰਾਂ ਦੀਆਂ ਆਵਾਜ਼ਾਂ ਚੀਖਨੁਮਾ ਹੋ ਜਾਂਦੀਆਂ ਨੇ ਕਿ ਵੇਖੋ ਕਿਸਾਨਾਂ ਨੇ ਪੁੱਟ ਦਿੱਤਾ ਪਹਿਲਾ ਬੈਰੀਗੇਟ। ਪਰ ਸਵਾਲ ਇਹ ਨਹੀਂ ਕਿ ਸਰਕਾਰ ਕਿਸਾਨਾਂ ਨੂੰ ਰੋਕ ਸਕਦੀ ਹੈ ਜਾਂ ਨਹੀਂ ਰੋਕ ਸਕਦੀ। ਸਰਕਾਰ ਹੈ, ਸੱਤਾ ਹੈ, ਬਿਲਕੁਲ ਰੋਕ ਸਕਦੀ ਹੈ। ਐਵੇਂ ਇਸ ਬਿਆਨੀਏ ਦੀ ਜ਼ਦ ਵਿੱਚ ਨਾ ਆਓ ਕਿ ਕਿਸਾਨਾਂ ਦੇ ਸਾਹਮਣੇ ਬੈਰੀਕੇਡ ਸਰਕਾਰ ਕੁਝ ਨਹੀਂ ਹੁੰਦੀ। ਜੇ ਕਿਸਾਨ ਬੈਰੀਗੇਟ ਨਾ ਤੋੜ ਸਕੇ ਤਾਂ ਕੀ ਮਤਲਬ ਕਿ ਕਿਸਾਨ ਅਸਫਲ ਹੋ ਗਿਆ। ਕਿਸਾਨ ਪ੍ਰੋਟੈਸਟ ਕਰ ਰਿਹਾ, ਰੋਸ ਪ੍ਰਗਟ ਕਰ ਰਿਹਾ, ਹੱਕੀ ਮੰਗਾਂ ਲਈ ਦਬਾਅ ਬਣਾਉਣ ਲਈ ਦਿੱਲੀ ਜਾਣਾ ਚਾਹ ਰਿਹਾ। ਇਹ ਉਹਨਾਂ ਦੀ ਬਹਾਦਰੀ ਹੈ ਕਿ ਉਹ ਪੁਲਸੀਆ ਬਰਬਤਾ ਦੇ ਸਾਹਮਣੇ ਡਟੇ ਹੋਏ ਨੇ। ਪਰ ਇਹ ਸਭ ਸਿਰਫ ਸ਼ਰਮ ਦਾ ਕੋਈ ਮੁਲੰਮਾ ਰੱਖਦੀਆਂ ਸਰਕਾਰਾਂ ਲਈ ਹੁੰਦਾ, ਬੇਸ਼ਰਮ ਸਰਕਾਰਾਂ ਸਾਹਮਣੇ ਨਾਗਰਿਕ ਦੀ ਕੀ ਪੇਸ਼ ਜਾਵੇ। ਅੱਜ ਡਰੋਨ ਹਨ, ਕੱਲ੍ਹ ਕੇਂਦਰੀ ਸੁਰੱਖਿਆ ਬਲ ਆ ਜਾਵੇਗਾ, ਪਰਸੋਂ ਫੌਜ ਖੜੀ ਕਰ ਦਿਓ, ਕਿਸੇ ਦਿਨ ਟੈਂਕ ਲਿਆ ਕੇ ਖੜ੍ਹੇ ਕਰ ਦੇਣਾ। ਅਸੀਂ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਟੈਂਕ ਵੇਖ ਚੁੱਕੇ ਹਾਂ, ਉਹ ਵੀ ਸਾਡੇ ਸੀਨਿਆਂ ਉੱਤੇ ਨਿਸ਼ਾਨ ਛੱਡ ਗਏ ਨੇ। ਹੁਣ ਤਾਂ ਸਿਰਫ ਸ਼ੰਭੂ, ਖਨੌਰੀ, ਡੱਬ ਵਾਲੀ, ਟੀਕਰੀ, ਸਿੰਘੂ ਦੇ ਬਾਰਡਰ ਨੇ। ਤੋਪਾਂ ਹੀ ਲਗਾ ਸਕਦੀ ਹੈ ਸਰਕਾਰ, ਅੱਗ ਵਰਸਾ ਸਕਦੀ ਹੈ, ਹਵਾਈ ਜਹਾਜ਼ ਵੀ ਹਨ ਇਹਨਾਂ ਕੋਲ, ਹੈਲੀਕਾਪਟਰਾਂ ਉੱਤੇ ਵੀ ਮਸ਼ੀਨ ਗੰਨਾਂ ਲਾ ਸਕਦੇ ਨੇ, ਬੰਬ ਹੀ ਸੁੱਟ ਦੇਣਾ। ਮਜ਼ਬੂਤ ਤਾਂ ਹੈ ਹੀ ਸਰਕਾਰ, ਕਿਸਾਨਾਂ ਨੂੰ ਰੋਕਣਾ ਮੁਸ਼ਕਲ ਨਹੀਂ। TV ਚੈਨਲ ਬੈਰੀਗੇਟਾਂ ਦੀ ਲਗਾਤਾਰ ਰਿਪੋਰਟਿੰਗ ਕਰ ਰਿਹਾ, ਕਿਸਾਨਾਂ ਦੇ ਰੋਹ ਦੀ ਗੱਲ ਸਿਰਫ ਕਿਸਾਨ ਕਰ ਰਿਹਾ, ਡੈਮੋਕ੍ਰੇਸੀ ਦੀ ਗੱਲ ਸ਼ਾਇਦ ਪੱਤਰਕਾਰਤਾ ਅੱਜ ਨਹੀਂ ਕਰ ਰਹੀ। ਜਦੋਂ ਹਕੂਮਤੀ ਥਾਪੜੇ ਵਾਲੇ ਮਸਜਿਦਾਂ ਦੇ ਸਾਹਮਣੇ ਜਾਂ ਦੰਗਈ ਕਰਦੇ ਨੇ, ਗਾਣੇ ਚਲਾਉਂਦੇ ਨੇ, ਕਿਸੇ ਦੇ ਧਾਰਮਿਕ ਸਥਾਨ ਉੱਤੇ ਜਾ ਕੇ ਝੰਡਾ ਚਲਾਉਂਦੇ ਨੇ, ਉਦੋਂ ਇਹ ਹਕੂਮਤੀ ਇੰਤਜ਼ਾਮ ਕਿੱਥੇ ਸੁੱਤਾ ਹੁੰਦਾ। ਇਸ ਵੇਲੇ ਨੈਰੇਟਿਵ ਇਹ ਨਹੀਂ ਕਿ ਕਿਸਾਨ ਬੈਰੀਗੇਟ ਤੋੜਨ ਵਿੱਚ ਹਾਲੇ ਤੱਕ
ਅਸਫਲ ਰਿਹਾ। ਇਸ ਵਕਤ ਦੀ ਹਕੀਕਤ ਇਹ ਹੈ ਕਿ ਕਿਸਾਨਾਂ ਦੇ ਪ੍ਰਦਰਸ਼ਨ ਨੇ ਡਬਲ ਇੰਜਣ ਦੀ ਸਰਕਾਰ ਦਾ, ਕੇਂਦਰ ਦੀ ਮੋਦੀ ਸਰਕਾਰ ਦਾ ਜਲੂਸ ਕੱਢ ਦਿੱਤਾ ਕਿ ਉਹ ਮਿਹਨਤਕਸ਼ ਕਿਸਾਨਾਂ ਪ੍ਰਤੀ ਕਿਸ ਹੱਦ ਤੱਕ ਦਰਿੰਦਗੀ ਉੱਤੇ ਉਤਰ ਸਕਦੀ ਹੈ। ਅਜਿਹਾ ਸਭ ਤੁਸੀਂ ਤਾਜ਼ਾ ਤਸਵੀਰਾਂ ਰਾਹੀਂ ਦੇਖ ਸਕਦੇ ਹੋ, ਜੋ ਸਵੇਰ ਤੋਂ ਅਸੀਂ ਦਿਖਾ ਵੀ ਰਹੇ ਹਾਂ। ਆਮ ਨਾਗਰਿਕਾਂ ਨੇ ਦਰਿੰਦਿਆਂ ਦਾ ਨਕਾਬ ਉਤਾਰ ਦਿੱਤਾ ਅਤੇ ਰਾਜੇ ਦਾ ਨੰਗੇਜ਼ ਟੀਵੀ ਉੱਤੇ ਸਾਫ ਸਾਫ ਨਜ਼ਰ ਆ ਰਿਹਾ। ਹੁਣ ਇਸ ਪੂਰੀ ਗੱਲਬਾਤ ਦੇ ਵਿੱਚ ਗੱਲ ਇਹ ਹੈ ਕਿ ਦੁਪਹਿਰ ਤੋਂ ਲੈ ਕੇ, ਜਾਣੀ 12 ਵਜੇ ਤੋਂ ਲੈ ਕੇ ਹੁਣ ਦਾ ਸਮਾਂ 6 ਵੱਜ ਗਿਆ, ਭਾਵੇਂ ਬੈਰੀਗੇਡ ਟੁੱਟੇ ਨੇ, ਕਿਸਾਨ ਦਿੱਲੀ ਵੱਲ ਵਧਿਆ ਨਹੀਂ, ਪਰ ਇਹਦਾ ਮਤਲਬ ਇਹ ਨਹੀਂ ਕਿ ਕਿਸਾਨ ਅਸਫਲ ਹੋ ਗਿਆ। ਗੱਲ ਇਹ ਹੈ ਕਿ ਕਿਸਾਨ ਦਾ ਪ੍ਰੋਟੈਸਟ ਹੈ ਉਹਦੀਆਂ ਮੰਗਾਂ ਦੇ ਲਈ, ਉਹਨੇ ਪ੍ਰੋਟੈਸਟ ਕੀਤਾ, ਅੰਤਰਰਾਸ਼ਟਰੀ ਪੱਧਰ ਤੱਕ ਗੱਲ ਗਈ ਹੈ, ਇਹ ਉਹਦੀ ਸਫਲਤਾ ਹੈ। ਦਿੱਲੀ ਜਾ ਕੇ ਦਿੱਲੀ 'ਤੇ ਕਬਜ਼ਾ ਨਹੀਂ ਕਰਨਾ, ਦਿੱਲੀ ਨੂੰ ਪੁੱਟ ਕੇ ਨਹੀਂ ਲਿਆਉਣਾ, ਉਹਨਾਂ ਨੇ ਸਿਰਫ ਉੱਥੇ ਜਾ ਕੇ ਵੀ ਆਪਣਾ ਪ੍ਰਦਰਸ਼ਨ ਹੀ ਕਰਨਾ। ਪਰ ਗੱਲ ਇਹ ਹੈ ਕਿ ਬੈਰੀਗੇਟਾਂ ਤੋਂ ਅੱਗੇ ਨਾ ਵਧਣਾ ਕਿਸਾਨ ਦੀ ਅਸਫਲਤਾ ਨਹੀਂ, ਗੱਲ ਮਨਸ਼ਾ ਸਮਝਣ ਦੀ ਹੈ, ਇੱਧਰਲੇ ਪਾਸੇ ਮਨਸ਼ਾ ਕੀ ਹੈ ਔਰ ਉੱਧਰਲੇ ਪਾਸੇ ਮਨਸ਼ਾ ਕੀ ਹੈ।